ਮੰਮਾ ਕਿੱਥੇ ਹੋ ਯਾਰ? ਮੰਮਾ ਭੁੱਖ ਲੱਗੀ ਐ ਮੈਨੂੰ, ਕੁਝ ਖਾਣ ਨੂੰ ਦੇ ਦੋ। ਆ ਗਈ ਪੁੱਤ, ਆ ਗਈ, ਲੈ ਆਲੇ ਰੋਟੀ ਖਾ ਲਾ, ਆਰਾਮ ਨਾਲ ਖਾ ਲਾ ਮੇਰਾ ਪੁੱਤ, ਆਲੇ। ਆ ਕੀ ਰੋਟੀ? ਕੀ ਕੁਝ ਹੋਰ ਨਹੀਂ ਬਣਾਉਣਾ ਆਉਂਦਾ ਤੁਹਾਨੂੰ? ਕੀ ਹੋਇਆ ਪੁੱਤ, ਤੂੰ ਦੱਸ ਤਾਂ ਸਹੀ, ਮੈਂ ਉਹੀ ਬਣਾ ਦਿੰਦੀ ਜੋ ਮੇਰੇ ਪੁੱਤ ਨੇ ਖਾਣਾ। ਉਹ ਜਾਓ ਯਾਰ, ਤੁਹਾਨੂੰ ਕੁਝ ਬਣਾਉਣਾ ਵੀ ਆਉਂਦਾ? ਇੱਕ ਨਵੀਂ ਟੈਨਸ਼ਨ ਪੀਟੀਐਮ ਦੀ। ਪੀਟੀਐਮ ਕੀ ਪੁੱਤ? ਹੁਣ ਇਹਨਾਂ ਨੂੰ ਪੀਟੀਐਮ ਦਾ ਮਤਲਬ ਨਹੀਂ ਪਤਾ। ਉਹ ਪੀਟੀਐਮ ਮਤਲਬ ਪੇਰੈਂਟਸ ਟੀਚਰ ਮੀਟਿੰਗ। ਓ ਅੱਛਾ ਅੱਛਾ, ਚਲ ਕੋਈ ਨਹੀਂ, ਤੇਰੇ ਪਾਪਾ ਜਾਉਣਗੇ, ਅੱਗੇ ਵੀ ਤਾਂ ਜਾਂਦੇ ਹੀ ਆ ਨਾ। ਓਏ ਤਾਂ ਪੰਗਾ ਯਾਰ, ਪਾਪਾ ਬਿਜ਼ੀ ਨੇ, ਬਚੇ ਕੌਣ? ਤੁਸੀਂ ਇੱਕ ਤਾਂ ਨਾ ਆ ਦੇਸੀ ਜੇ ਬਣ ਕੇ ਨਾ ਜਾਇਓ। ਹੈ ਦੱਸ ਚੱਲੀ ਜੀ, ਤੂੰ ਵੀ ਐਵੇਂ ਗੁੱਸਾ ਕਰਦੀ ਰਹਿੰਦੀ ਹੈ। ਚਲ ਕੋਈ ਨਹੀਂ, ਤੂੰ ਨਾ ਬੈਠ, ਮੈਂ ਤੇਰੇ ਲਈ ਕੁਝ ਖਾਣ ਨੂੰ ਮਾਰਕੀਟ ਚੋਂ ਲੈ ਕੇ ਆਉਣੀ ਆ, ਬਹਿ ਜਾ ਤੂੰ। ਹਾਂ ਕੀ ਲੈ ਕੇ ਆਣਗੇ? ਸਮੋਸੇ, ਕੁਲਚੇ, ਪਕੌੜੇ, ਨੂਡਲਸ, ਪੀਜ਼ਾ, ਬਰਗਰ ਬਾਰੇ ਤਾਂ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ ਕੁਝ। ਹੈਲੋ। ਹਾਂ ਸਾਨਿਆ ਯਾਰ, ਭੁੱਖ ਬਹੁਤ ਲੱਗੀ ਹੈ, ਕੁਝ ਨਹੀਂ ਖਾਧਾ। ਯਾਰ ਵਿੱਚ ਫੋਨ ਆ ਰਿਹਾ, ਇੱਕ ਮਿੰਟ ਰੁਕ। ਮੰਮੀ ਦਾ ਫੋਨ? ਹੁਣ ਕਿਹੜੀ ਵਿਪਤਾ ਪੈ ਗਈ? ਹਾਂ ਕਿੱਥੇ ਹੋ? ਹੈਲੋ। ਹੈਲੋ, ਹਾਂਜੀ, ਆ ਨਾ ਮੈਨੂੰ ਫੋਨ ਮਿਲਿਆ ਸੀਗਾ ਜੀ, ਅੱਜ ਤੇ ਲਾਸਟ ਡਾਇਲ ਨੰਬਰ ਤੁਹਾਡਾ ਸੀ, ਤੇ ਜਿਨ੍ਹਾਂ ਦੇ ਫੋਨ ਆਣੇ ਜੀ, ਉਹਨਾਂ ਦਾ BMC ਚੌਂਕ ਕੋਲ ਐਕਸੀਡੈਂਟ ਹੋ ਗਿਆ ਜੀ, ਤੇ ਮੈਨੂੰ ਲੱਗਦਾ ਸ਼ਾਇਦ ਸ਼ੀ ਇਜ਼ ਡੈਡ ਜੀ। ਡੈਥ ਸੀ ਨਾ? ਮਮਾ ਕੁਝ ਨਹੀਂ ਹੋ ਸਕਦਾ ਮਮਾ ਨੂੰ, ਮਮਾ ਵਾਪਸ ਆ ਜਾ ਮਮਾ, ਮਮਾ ਨਹੀਂ, ਮਮਾ ਮਮਾ ਤੈਨੂੰ ਕੁਝ ਨਹੀਂ ਹੋ ਸਕਦਾ ਮਮਾ, ਨਹੀਂ ਨਹੀਂ ਮਮਾ, ਮਮਾ ਮਮਾ ਪਲੀਜ਼ ਵਾਪਸ ਆ ਜਾ ਮਮਾ, ਪਲੀਜ਼ ਮਮਾ 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 ਤੁਸੀਂ ਠੀਕ ਹੋ? ਮਮਾ ਤੁਸੀਂ ਠੀਕ ਹੋ? ਹਾਂ ਮੈਂ ਠੀਕ ਹਾਂ। ਫੋਨ ਫੋਨ ਪੁੱਤ, ਮੇਰਾ ਫੋਨ ਨਾ ਚੋਰੀ ਹੋ ਗਿਆ। ਤੂੰ ਕਿਉਂ ਰੋ ਰਹੀ ਹੈ? ਕੀ ਹੋਇਆ ਮੇਰੇ ਪੁੱਤ ਨੂੰ? ਸੌਰੀ ਮੰਮਾ, ਮੰਮਾ ਅੱਜ ਜਦੋਂ ਤੁਸੀਂ ਮੇਰੀ ਅੱਖਾਂ ਸਾਹਮਣੇ ਨਹੀਂ ਸੀ, ਮੈਨੂੰ ਅਹਿਸਾਸ ਹੋਇਆ ਵੀ ਮੈਂ ਜੀ ਨਹੀਂ ਸਕਦੀ ਮੰਮਾ ਤੁਹਾਡੇ ਬਿਨਾਂ। ਮੰਮਾ ਪਲੀਜ਼ ਮੰਮਾ ਮੈਨੂੰ ਮਾਫ ਕਰ ਦੋ ਮੰਮਾ, ਨਾ ਮੈਨੂੰ ਵਧੀਆ ਕੁੜੀ ਬਣ ਕੇ ਰਹਾਂਗੇ। ਨਾ 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 ਨਾ, ਰੋਣਾ ਨਹੀਂ, ਨਾ ਮੇਰੇ ਤੋਂ ਬੋਲੋ, ਨਾ ਨਾ ਮੇਰਾ ਬੱਚਾ, ਨਾ। ਸੁਭਾਵਿਕਾ ਖੰਨਾ ਥਰਡ ਕੰਟੈਸਟੈਂਟ, ਅਤੇ ਅਹਿਸਾਸਾਂ ਅਤੇ ਜਜ਼ਬਾਤਾਂ ਦੀ ਗੱਲ ਇਹਨਾਂ ਨੇ ਕਰਨੀ ਚਾਹੀਏ ਆਪਣੇ ਐਕਟ ਦੇ ਰਾਹੀਂ। ਇਹ ਗੱਲ ਪਹੁੰਚੀ ਤੁਹਾਡੇ ਤੱਕ ਕਿ ਨਹੀਂ ਹਿਮਾਂਸ਼ੀ ਜੀ? ਤੁਸੀਂ ਐਕਟ ਐਸਾ ਚੂਜ਼ ਕੀਤਾ ਕਿ ਇੱਕ ਐਸਾ ਰਿਲੇਸ਼ਨ ਹੈ ਮਦਰ ਔਰ ਡੋਟਰ ਦਾ ਕਿ ਜਿਹਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ। ਸੋ ਇਟਸ ਅ ਗੁੱਡ ਐਕਟ, ਅੱਛਾ ਅਟੈਂਪਟ ਹੋਇਆ। ਥੈਂਕ ਯੂ ਸੋ ਮੱਚ, ਇੰਨੇ ਵਧੀਆ ਵਧੀਆ ਟੌਪਿਕ ਤੁਸੀਂ ਅੱਜ ਸਾਡੇ ਸਾਹਮਣੇ ਲੈ ਕੇ ਆ ਰਹੇ ਹੋ। ਮੈਮ ਐਕਚੁਅਲੀ ਮਾਂ ਦੀ ਅਹਿਮੀਅਤ ਉਹਨੂੰ ਹੀ ਪਤਾ ਹੁੰਦੀ ਹੈ ਜਿਹਦੇ ਕੋਲ ਨਹੀਂ ਰਹਿੰਦੀ ਉਹ। ਤੇ ਮੈਂ ਉਹਨਾਂ ਵਿੱਚੋਂ ਇੱਕ ਹਾਂ। ਇਹ ਐਕਟ ਮੇਰੀ ਮਦਰ ਨੇ ਹੀ ਪ੍ਰੈਜ਼ੈਂਟ ਕੀਤਾ ਮੈਂ ਅੱਜ। ਸੋ ਸੌਰੀ ਟੂ ਹੀਅਰ ਦੈਟ, ਬਟ ਆਈ ਨੋ ਐਂਡ ਮੈਨੂੰ
ਪੂਰਾ ਯਕੀਨ ਹੈ ਕਿ ਤੁਸੀਂ ਬਹੁਤ ਹੀ ਵਧੀਆ ਡੋਟਰ ਸਾਬਿਤ ਹੋਏ ਵੀ ਹੋ ਔਰ ਹੋਵੋਗੇ ਵੀ। ਮੇਰੀ ਮਾਂ ਤਬ ਸੇ ਨਹੀਂ ਸੋਈ ਫਿਰਾਜ਼, ਜਬ ਸੇ ਮੈਨੇ ਕਹਾ ਹੈ ਕਿ ਰਾਤੋਂ ਮੇਂ ਮੁਝੇ ਡਰ ਲਗਤਾ ਹੈ। ਸੋ ਆਈ ਕੈਨ ਅੰਡਰਸਟੈਂਡ ਕਿ ਕਿੰਨਾ ਔਖਾ ਹੁੰਦਾ ਹੈ ਜਦੋਂ ਤੁਸੀਂ ਮਾਂ ਹੁੰਦੀ ਹੈ ਅਤੇ ਉਹਦੀ ਵੈਲਿਊ ਨਹੀਂ ਕਰਦੇ ਹੈਗੇ। ਬਹੁਤ ਸਾਰੇ ਬੱਚੇ ਨੇ, ਮੈਂ ਬਹੁਤ ਸਾਰੇ ਲੋਕ ਦੇਖੇ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਓਲਡ ਏਜ ਹੋਮ ਛੱਡ ਜਾਂਦੇ ਨੇ, ਪਰ ਇੱਕ ਇਸ ਮੰਚ ਦੇ ਰਾਹੀਂ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਮਾਂ ਪਿਓ ਦੁਬਾਰਾ ਮੁੜ ਕੇ ਵਾਪਸ ਨਹੀਂ ਆਉਂਦੇ। ਜਦੋਂ ਤੁਹਾਡੇ ਕੋਲ ਹੋਣ ਤਾਂ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ, ਐਂਡ ਮੇਰੇ ਹਿਸਾਬ ਨਾਲ ਤੁਸੀਂ ਜੇ ਰਵਾ ਦਿੱਤਾ ਤਾਂ ਇਟਸ ਅ ਵੈਰੀ ਵੈਰੀ ਗੁੱਡ ਐਕਟ। ਥੈਂਕ ਯੂ ਸੋ ਮੱਚ ਫੋਰ ਬੀਇੰਗ ਸੋ ਕ੍ਰੀਏਟਿਵ ਇਨ ਦਿਸ ਸਟੇਜ। ਥੈਂਕ ਯੂ। ਗੈਵੀ ਭਾਜੀ ਕੀ ਕਹਿਣਾ ਚਾਹੋਗੇ? ਗੁਰਜੀਤ, ਮੈਂ ਰਿਸ਼ਤਿਆਂ ਨੂੰ ਬਹੁਤ ਅਹਿਮੀਅਤ ਦਿੰਦਾ, ਧੰਨਵਾਦੀ ਹਾਂ PTC ਚੈਨਲ ਦਾ ਕਿ ਉਹ ਇਹ ਛੋਟੇ ਛੋਟੇ ਜਿਹੜੇ ਐਕਟ ਹੈਗੇ ਨੇ ਉਹਦੇ ਥਰੂ ਬਹੁਤ ਵੱਡੇ ਵੱਡੇ ਸੁਨੇਹੇ ਦਿੰਦੇ ਆ। ਅਤੇ ਬਾਕੀ ਆਪਾਂ ਹੁਣ ਗੱਲ ਕਰਦੇ ਹਾਂ ਤੁਹਾਡੀ ਪਰਫੋਰਮੈਂਸ ਦੀ, ਭਾਵਿਕਾ, ਰਾਈਟ? ਤੁਸੀਂ ਸਾਰੇ ਪਹਿਲੀ ਵਾਰੀ ਪਰਫੋਰਮ ਕਰ ਰਹੇ ਹੋ, ਸੋ ਉਹਦੇ ਹਿਸਾਬ ਨਾਲ ਬਹੁਤ ਵਧੀਆ ਹੈਗੀ। ਸੋ ਵਿਸ਼ ਯੂ ਆਲ ਦਾ ਬੈਸਟ।